ਦੰਗੇ ਦੇ ਨੀ ਇੱਕ ਪੱਤਰਕਾਰ ਸੰਮੇਲਨ ਦੌਰਾਨ ਆਮ ਆਦਮੀ ਪਾਰਟੀ ਦੇ ਪ੍ਰਧਾਨ ਤੇ ਕਮੇਡੀਅਨ ਤੋਂ ਪੱਤਰਕਾਰਾਂ ਲਈ ਵਿਲਨ ਬਣੇ ਮਾਨ ਨੂੰ ਆਖਰਕਾਰ ਆਪਣੀ ਗਲਤੀ ਦਾ ਅਹਿਸਾਸ ਹੋ ਹੀ ਗਿਆ। ਇਸੇ ਲਈ ਮਾਨ ਅੱਜ ਇੱਕ ਵਾਰ ਫੇਰ ਚੰਡੀਗੜ੍ਹ ਦੇ ਪੱਤਰਕਾਰਾਂ 'ਚ ਪਹੁੰਚੇ ਤੇ ਉਸ ਦਿਨ ਹੋਈ ਘਟਨਾ ਨੂੰ ਮੰਦਭਾਗੀ ਕਰਾਰ ਦਿੰਦਿਆਂ ਨਾਰਾਜ਼ ਪੱਤਰਕਾਰ ਨਾਲ ਜੱਫੀ ਪਾ ਕੇ ਉਸ ਦੇ ਗਿਲੇ ਸ਼ਿਕਵੇ ਦੂਰ ਕਰਨ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਇਸ ਮੌਕੇ ਉੱਥੇ ਮੌਜੂਦ ਸੀਨੀਅਰ ਪੱਤਰਕਾਰ ਨੇ ਮਾਈਕ ਤੇ ਭਗਵੰਤ ਮਾਨ ਨੂੰ ਸੰਬੋਧਨ ਕਰਦਿਆਂ ਉਹਨਾਂ ਨੂੰ ਮਾਫ਼ੀ ਮੰਗਣ ਲਈ ਵੀ ਕਿਹਾ, ਪਰ ਮਾਨ ਨੇ ਉਸ ਪੱਤਰਕਾਰ ਦੀ ਗੱਲ 'ਤੇ ਕੰਨ ਹੀ ਨਹੀਂ ਧਰਿਆ ਅਤੇ ਹੋਰ ਗੱਲਾਂ 'ਚ ਉਲਝਾ ਕੇ ਮਾਫ਼ੀ ਵਾਲੀ ਗੱਲ ਨੂੰ ਹੋਰ ਪਾਸੇ ਭਟਕਾ ਦਿੱਤਾ। ਕਿਵੇਂ ਸੁਲਝਾ ਇਹ ਮਾਮਲਾ ਅਤੇ ਇਸ ਮੌਕੇ ਕੀ ਕਿਹਾ ਭਗਵੰਤ ਮਾਨ ਨੇ, ਆਓ ਤੁਹਾਨੂੰ ਵੀ ਸੁਣਾਉਂਦੇ। ਜਰਨਲਿਜ਼ਮ ਦੇ ਵਿੱਚ ਵੀ ਨਵੀਂ ਪੀੜ੍ਹੀ ਆ ਰਹੀ ਹੈ, ਯੰਗ ਜਨਰੇਸ਼ਨ ਪੋਲੀਟਿਕਸ ਦੇ ਵਿੱਚ ਵੀ ਨਵੀਂ ਪੀੜ੍ਹੀ ਆ ਰਹੀ ਹੈ। ਸੋ ਗਗਨ ਜਰਨਲਿਜ਼ਮ ਦੀ ਯੰਗ ਪੀੜ੍ਹੀ ਹੈ, ਪੋਲੀਟਿਕਸ ਦੀ ਯੰਗ ਪੀੜ੍ਹੀ ਮੈਂ ਹਾਂ। ਤੁਸੀਂ ਕਹੋ ਯੰਗ ਨਹੀਂ ਹੈਗਾ, ਰਾਜਨੀਤੀ 'ਚ 40 ਸਾਲ ਤਾਂ ਬਚਪਨ ਹੀ ਹੁੰਦਾ, ਇੱਥੇ 55-55 ਸਾਲ ਦੇ ਯੂਥ ਦੇ ਪ੍ਰਧਾਨ ਬਣੇ ਬੈਠੇ ਨੇ, ਹੈ ਨਾ। ਸੋ ਤਲਖੀ ਹੋ ਗਈ ਇਹ ਗੱਲ, ਮੈਂ ਕੋਈ ਆਪਣੇ ਜਿਹੜਾ ਉੱਥੇ ਉਸ ਦਿਨ ਪਾਇਆ ਮੈਂ ਉਹਨੂੰ ਕੋਈ ਜਸਟੀਫਾਈ ਨਹੀਂ ਕਰਦਾ। ਤਲਖੀ ਹੋ ਗਈ, ਪਲੇਅਰ ਖੇਡਦਿਆਂ ਦੌਰਾਨ ਵੀ ਹੋ ਜਾਂਦੀਆਂ ਨੇ, ਪਲੇਅਰ ਆਪਸ 'ਚ ਥੋੜ੍ਹਾ ਤਲਖੀਆਂ ਹੋ ਜਾਂਦੀਆਂ। ਅਵੋਇਡੇਬਲ ਸੀ ਇਹ ਵੀ ਮੈਂ ਕਹਿੰਦਾ, ਮੈਂ ਅਵੋਇਡ ਕਰ ਸਕਦਾ ਸੀ ਨੋ ਕਮੈਂਟ ਕਹਿ ਕੇ, ਜਾਂ ਗਗਨ ਵੀ ਅਵੋਇਡ ਕਰ ਸਕਦਾ ਚਲੋ ਆਪ ਕੋਈ ਹੋਰ ਸਵਾਲ ਪੁੱਛ ਲਓ। ਸੋ ਅਵੋਇਡੇਬਲ ਥਿੰਗ ਸੀ, ਕੋਈ ਐਸੀ ਗੱਲ ਨਹੀਂ। ਪਰ ਕਿਉਂਕਿ ਪ੍ਰੈਸ ਕਲੱਬ ਮੇਰਾ ਦੂਜਾ ਘਰ ਹੈ, ਮੈਂ ਸ਼ਾਇਦ ਆਪਦੇ ਮੁਹਾਲੀ ਵਾਲੇ ਘਰ ਘੱਟ ਖਾਣਾ ਖਾਂਦਾ, ਮੈਂ ਪ੍ਰੈਸ ਕਲੱਬ 'ਚ ਲੰਚ ਕਦੇ ਕਿਤੇ ਮਿਲਦੇ ਰਹਿੰਦੇ ਸਾਰੇ ਭਰਾ। ਸੋ ਮੈਂ ਉਸ ਸਿਲਸਿਲੇ 'ਚ ਅੱਜ ਆਇਆ ਅਤੇ ਮੈਂ ਇਹੀ ਕਹਿਣਾ ਚਾਹੁੰਦਾ ਕਿ ਇਹ ਅਵੋਇਡ ਹੋ ਸਕਦਾ ਸੀ, ਪਰ ਕੋਈ ਸਮਾਂ ਸਮਰੱਥ ਉਸ ਦਿਨ ਨਹੀਂ ਹੋਇਆ। ਹੋ ਸਕਦਾ ਇਹ ਤੋਂ ਮੈਨੂੰ ਵੀ ਬਹੁਤ ਅੱਗੇ ਸਿੱਖਣ ਨੂੰ ਮਿਲੇ, ਗਗਨ ਨੂੰ ਵੀ ਕੁਛ ਸਿੱਖਣ ਨੂੰ ਮਿਲੇ। ਸੋ ਤੁਸੀਂ ਸਾਰੇ, ਤੁਸੀਂ ਕਿਉਂਕਿ ਮੈਨੂੰ ਕੱਲ੍ਹ ਸੁਖਬੀਰ ਭਾਅ ਜੀ ਨੇ ਕਿਹਾ ਕਿ ਮੀਟਿੰਗ ਕੀਤੀ ਹੈ, ਮੀਟਿੰਗ ਕਰਕੇ ਕਹਿੰਦੇ ਹਫ਼ਤਾ, ਮੈਂ ਕਿਹਾ ਹਫ਼ਤਾ ਕਰਦਾ, ਮੈਂ ਕੱਲ੍ਹ ਨੂੰ ਆ ਜਾਣਾ, ਕਿਹੜੀ ਗੱਲ। ਸੋ ਕੋਈ ਇਹਦੇ ਨਾਲ ਮੇਰਾ ਕੋਈ ਪਰਸਨਲ ਜਾਂ ਕੋਈ ਹੋਰ, ਹਾਂ ਲਾਲੀ ਬੈਠਾ ਹੈ ਮਨਜੀਤ ਸਿੱਧੂ ਮੀਡੀਆ ਐਡਵਾਈਜ਼ਰ, ਜਦੋਂ ਮੈਨੂੰ ਇਹ ਪਤਾ ਲੱਗਿਆ ਕਿ ਇਹਦੇ ਬਾਰੇ ਕੋਈ ਪਰਸਨਲ ਫੋਟੋਆਂ ਵਗੈਰਾ ਕੋਈ ਪੁਰਾਣੀਆਂ ਕੱਢ ਕੇ ਨਾ ਜਾਂ ਕੁਛ ਕਰਨੀ, ਮੈਂ ਇਮੀਡੀਏਟਲੀ ਬਤੌਰ ਪ੍ਰਧਾਨ ਨੂੰ ਕਿਹਾ ਕਿਸੇ ਵੀ ਆਫਿਸ਼ੀਅਲ ਪੇਜ 'ਤੇ ਪਾਰਟੀ ਦੇ ਉਸ ਮੁੰਡੇ ਦੇ ਵਿਰੁੱਧ ਕੋਈ ਪਰਸਨਲ ਕਮੈਂਟ ਜਾਂ ਕੁਛ ਵੀ ਬਰਦਾਸ਼ਤ ਨਹੀਂ ਹੋਊਗਾ। ਪਾਰਟੀ ਲੈਵਲ 'ਤੇ ਜੇ ਕਿਸੇ ਵੀ ਬੰਦੇ ਨੇ, ਹੁਣ ਬੇਲਗਾਮ ਮੀਡੀਆ ਜਿਹੜਾ ਦੂਜਾ ਉਹ ਤਾਂ ਮੇਰੇ ਬਸ 'ਚ ਨਹੀਂ ਹੈਗਾ, ਪਰ ਪਾਰਟੀ ਲੈਵਲ ਦੇ ਪ੍ਰਧਾਨ ਹੋਣ ਦੇ ਨਾਤੇ ਮੈਂ ਖੁਦ ਵੀ ਇੱਕ ਵੀ ਇੰਟਰਵਿਊ ਨਹੀਂ ਦਿੱਤੀ ਇਸ ਸਿਲਸਿਲੇ 'ਚ। ਮੈਨੂੰ ਉਸੇ ਦਿਨ ਬਹੁਤ ਆਏ, ਮੈਂ ਕਹਿੰਦੀ ਇਹ ਮਾਮਲਾ ਯਾਰ ਕੱਲ੍ਹ ਨੂੰ ਪਰਸੋਂ ਅਸੀਂ ਨਿਬੇੜ ਲਾਂਗੇ, ਹੁਣ ਜੇ ਮੈਂ ਬੋਲੂੰਗਾ ਉਧਰ ਉਹ ਬੋਲੂਗਾ ਫਿਰ ਵੱਧ ਜਾਊਗਾ ਫਾਇਦਾ ਕੋਈ। ਸੋ ਇਸ ਕਰਕੇ ਮੈਂ ਅੱਜ ਵੀ ਮੈਂ ਕਹਿੰਦਾ ਕਿ ਇਸ ਮਾਮਲੇ ਨੂੰ ਆਪਾਂ ਇੱਥੇ ਕਰਕੇ ਆਪਾਂ ਗਾਹਾਂ ਵਾਲੀਆਂ ਗੱਲਾਂ ਕਰੀਏ, ਨਵਾਂ ਸਾਲ ਆਉਣਾ, ਠੀਕ ਹੈ ਗਗਨ, ਮੈਂ ਵੱਡਾ ਅਤੇ ਤੋਮਰ 'ਚ ਮੈਂ ਅਵੋਇਡ ਕਰਦਾ, ਮੈਂ ਤਾਂ ਤੋਮਰ 'ਚ ਵੱਡਾ, ਮੈਂ ਅਵੋਇਡ ਕਰ ਸਕਦਾ, ਮੈਂ ਅਵੋਇਡ ਕਰ ਸਕਦਾ ਸੀ, ਪਰ ਸਮਾਂ ਸੀ, ਹੋਰ ਕੋਈ ਤੇਰੇ ਨਾਲ ਕੋਈ ਪਰਸਨਲ ਜਾਂ ਕੋਈ ਹੋਰ ਨਹੀਂ ਲਓ ਜੀ। ਇੱਥੇ ਆਉਣ ਨਾਲ ਤੁਹਾਡਾ ਕੱਦ ਵਧਿਆ, ਜੇ ਤੁਸੀਂ ਸੌਰੀ ਸ਼ਬਦ ਵੀ ਕਹਿ ਦੋਗੇ ਤਾਂ ਤੁਹਾਡਾ ਕੱਦ 5 ਫੁੱਟ ਹੋਰ ਵਧ ਜਾਊਗਾ। ਮੈਂ ਕਿਹਾ ਵੀ ਅਵੋਇਡੇਬਲ ਥਿੰਗ ਸੀਗੀ, ਮੈਥੋਂ ਜੇ ਮੈਂ ਉਸ ਵੇਲੇ ਨੋ ਕਮੈਂਟ ਕਹਿ ਦਿੰਦਾ ਸ਼ਾਇਦ ਇੱਥੇ ਤੱਕ ਨਾ ਜਾਂਦੀ ਗੱਲ, ਹਾਲਾਂਕਿ ਮੈਂ 2.5 ਘੰਟੇ ਪਹਿਲਾਂ ਬਾਹਰ ਬੋਲਿਆ ਸੀ, ਹੈ ਨਾ, ਵੀ ਮੈਂ ਕਹਾਂ ਕਿ ਬੁਲਾਏ ਨਹੀਂ ਹੋਏ ਸੀ, ਔਰ ਨਹੀਂ ਯਾਰ ਐਡੀ ਗੱਲ ਨਹੀਂ, ਤੁਸੀਂ ਸਾਡੇ ਘਰੇ ਜਦੋਂ ਮਰਜ਼ੀ ਆ ਜਾਓ, ਆਪਦਿਆਂ ਨੂੰ ਕੋਈ ਸੱਦਾ ਪੱਤਰ ਦਿੱਤਾ ਜਾਂਦਾ। ਇਸ ਮੌਕੇ ਪੀੜਿਤ ਪੱਤਰਕਾਰ ਨੇ ਭਗਵੰਤ ਮਾਨ ਦੇ ਮੂੰਹ ਤੇ ਹੀ ਇਹ ਗੱਲ ਫੇਰ ਦੁਹਰਾਈ ਕਿ ਉਹ ਅਜਿਹੇ ਸਵਾਲ ਅੱਗੋਂ ਵੀ ਪੁੱਛਦੇ ਰਹਿਣਗੇ ਜਿਸ ਸਵਾਲ 'ਤੇ ਮਾਨ ਉਸ ਦਿਨ ਭੜਕ ਗਏ ਸਨ।
ਸਭ ਤੋਂ ਪਹਿਲਾਂ ਤਾਂ ਮੈਂ ਇਹੀ ਕਹਿਣਾ ਚਾਹੂੰਗਾ ਕਿ ਮਾਨ ਸਾਹਿਬ ਆਏ ਨੇ, ਸਾਡੇ ਰਿਸਪੈਕਟਡ MP ਹੈਗੇ ਨੇ, ਅਸੀਂ ਰਿਸਪੈਕਟ ਕਰਦੇ ਹਾਂ। ਅਤੇ ਇਸ ਤੋਂ ਇਲਾਵਾ ਜਿੰਨੇ ਵੀ ਮੇਰੇ ਕਲੀਗਸ ਬੈਠੇ ਹੋਏ ਨੇ, ਸੀਨੀਅਰਸ ਬੈਠੇ ਹੋਏ ਨੇ, ਅਤੇ ਇਹ ਮੇਰੇ ਕੋਈ ਇਕੱਲੇ ਦੀ ਲੜਾਈ ਨਹੀਂ ਹੈਗੀ। ਮੈਂ ਕਹਾਂ ਕਿ ਮੈਨੂੰ ਗਲਤ ਬੋਲਿਆ ਉੱਥੇ ਜੋ ਹੋਇਆ, ਇਹ ਪੂਰੇ ਜਰਨਲਿਸਟ ਦੀ ਸਾਡੀ ਲੜਾਈ ਸੀਗੀ ਇਹ ਇੱਕ ਤਰੀਕੇ ਨਾਲ, ਕਿਉਂਕਿ ਸਵਾਲ ਪੁੱਛਣਾ ਸਾਡਾ ਕੰਮ ਸੀਗਾ, ਅਸੀਂ ਸਵਾਲ ਪੁੱਛਿਆ। ਅਤੇ ਬਾਕੀ ਮੈਂ ਗੱਲ ਕਰਾਂ ਪੂਰੇ ਪੰਜਾਬ ਦੇ ਵਿੱਚ ਜਿਸ ਤਰੀਕੇ ਦੇ ਨਾਲ ਇਹ ਗੱਲ ਨੂੰ ਹਾਈਲਾਈਟ ਹੋਇਆ, ਪ੍ਰੈਸ ਕਲੱਬਸ ਦੇ ਵੱਲੋਂ ਜਿਹੜਾ ਹੈ ਉਹ ਕਿਹਾ ਗਿਆ ਬਾਈਕਆਊਟ ਕੀਤਾ ਜਾਊਗਾ ਜਦੋਂ ਤੱਕ ਭਗਵੰਤ ਮਾਨ ਜੀ ਹੋਣੀ ਆ ਕੇ ਮਿਲਦੇ ਨਹੀਂ ਹੈਗੇ, ਸੌਟ ਆਊਟ ਨਹੀਂ ਕਰਦੇ। ਅਤੇ ਮੈਂ ਇਹੀ ਹੁਣ ਕਹਿਣਾ ਚਾਹੂੰਗਾ ਕਿ ਇਹ ਅੱਗੇ ਵਾਸਤੇ ਇੱਦਾਂ ਨਾ ਹੋਵੇ ਮਾਨ ਸਾਹਿਬ ਹੈ ਨਾ, ਕਿ ਕਿਉਂਕਿ ਜਰਨਲਿਸਟ ਜਿਹੜੇ ਹੈਗੇ ਨੇ ਉਹ ਇਹੀ ਚਾਹੁੰਦੇ ਨੇ ਕਿ ਅਸੀਂ ਜੇਕਰ ਤੁਹਾਨੂੰ ਮਿਲੀਏ ਤਾਂ ਤੁਸੀਂ ਸਾਨੂੰ ਪਿਆਰ ਨਾਲ ਹੀ ਮਿਲੋ, ਤੁਸੀਂ ਸਾਡੇ ਸਵਾਲਾਂ ਦਾ ਜਵਾਬ ਦਿਓ, ਕਿਉਂਕਿ ਇਹ ਪਹਿਲਾਂ ਵੀ ਕਹਿ ਚੁੱਕੇ ਨੇ ਕਿ ਬਹੁਤ ਸਾਰੇ ਇਹੋ ਜਿਹੇ ਮੈਟਰ ਹੋਏ ਸੀਗੇ ਹੈ ਨਾ, ਪਹਿਲਾਂ ਵੀ ਹੋਇਆ। ਤਾਂ ਚਲੋ ਇਹ ਜਿਹੜਾ ਹੋਇਆ ਮੈਟਰ ਕੀ ਪਤਾ ਇਹਨੇ ਇੱਕ ਅੱਗੇ ਕੋਈ ਮੈਸੇਜ ਦੇਣਾ ਸੀਗਾ ਦੋਵਾਂ ਵਾਸਤੇ, ਸਾਡੇ ਵਾਸਤੇ ਹੈ ਨਾ। ਅਸੀਂ ਵੀ ਸਵਾਲ ਜਿਹੜੇ ਹੈਗੇ ਆ ਉਹ ਪੁੱਛਦੇ ਹੈਗੇ ਆ, ਜੇਕਰ ਕੋਈ ਲੀਡਰ ਨੂੰ ਨਹੀਂ ਚੰਗਾ ਲੱਗਦਾ ਹੈਗਾ ਉਹ ਉਸਦਾ ਜਵਾਬ ਆਪਣੇ ਤਰੀਕੇ ਨਾਲ ਦੇ ਸਕਦਾ। ਅਤੇ ਮੈਂ ਤਮਾਮ ਜਿੰਨੇ ਵੀ ਸਾਡੇ ਪ੍ਰੈਸ ਕਲੱਬ ਦੇ ਜਿੰਨੇ ਵੀ ਸਾਡੇ ਜਰਨਲਿਸਟ ਹੈਗੇ ਨੇ ਉਹਨਾਂ ਦਾ ਵੀ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਇਹ ਇੱਕਜੁੱਟਤਾ ਦਿਖਾਈ ਹੈਗੀ, ਔਰ ਸਿਰਫ ਮਾਨ ਸਾਹਿਬ ਦੇ ਵਾਸਤੇ ਨਹੀਂ ਮੈਂ ਕਹਿੰਦਾ ਕਿ ਉਹਨਾਂ ਖਿਲਾਫ਼ ਦਿਖਾਈ ਹੈਗੀ ਹੈ, ਅੱਗੇ ਵੀ ਸਾਨੂੰ ਲੋੜ ਹੈਗੀ ਹੈ ਕਿ ਅੱਗੇ ਵੀ ਅਸੀਂ ਏਦਾਂ ਹੀ ਆਪਣਾ ਏਕਤਾ ਦਿਖਾਈਏ, ਕਿਉਂਕਿ ਅੱਜ ਦੇ ਦੌਰ ਦੇ ਵਿੱਚ ਐਕਸਕਲੂਸਿਵ ਦੇ ਦੌਰ ਦੇ ਵਿੱਚ ਅਸੀਂ ਇੱਕ ਦੂਜੇ ਦੀ ਲੱਤਾਂ ਖਿੱਚਣ ਲੱਗ ਜਾਂਦੇ ਹੈਗੇ ਆ। ਬਸ ਇਹੀ ਕਹਿਣਾ ਚਾਹਾਂਗੇ ਕਿ ਮਾਨ ਸਾਹਿਬ ਨਾਲ ਸਾਡੀ ਕੋਈ ਪਰਸਨਲ ਦੁਸ਼ਮਣੀ ਨਹੀਂ ਹੈਗੀ, ਜਿਸ ਤਰੀਕੇ ਨਾਲ ਸੋਸ਼ਲ ਮੀਡੀਆ ਉੱਤੇ ਜੋ ਕੂੜ ਪ੍ਰਚਾਰ ਕੀਤਾ ਗਿਆ ਉਸਦੇ ਉੱਤੇ ਵੀ ਕਿਉਂਕਿ ਨਿਰਪੱਖਤਾ ਦੇ ਨਾਲ ਅਸੀਂ ਹਰ ਇੱਕ ਪਾਰਟੀ ਨੂੰ ਸਵਾਲ ਪੁੱਛਦੇ ਹਾਂ ਮਾਨ ਸਾਹਿਬ, ਤੁਹਾਡੇ ਨਾਲ ਕੋਈ ਪਰਸਨਲ ਨਹੀਂ ਸੀਗਾ ਕਿ ਕੋਈ ਏਜੰਡੇ ਨਾਲ ਅਸੀਂ ਆਏ ਹੋਏ ਸੀਗੇ, ਅਸੀਂ ਸਿਰਫ ਉਹੀ ਸਵਾਲ ਪੁੱਛੇ ਜੋ ਦੌਰ ਦੇ ਵਿੱਚ ਚੱਲ ਰਹੇ ਸੀਗੇ, ਵੀ ਉਸੇ ਦਿਨ ਧਰਨਾ ਲੱਗਿਆ ਸੀ ਤਾਂ ਉਸਦੇ ਰਿਲੇਟਡ ਸਵਾਲ ਪੁੱਛਿਆ ਸੀਗਾ। ਅਤੇ ਇਹੋ ਜਿਹੀ ਕੋਈ ਵੀ ਸਾਡੇ ਵੱਲੋਂ ਗੱਲ ਨਹੀਂ ਹੈਗੀ ਕਿ ਆਮ ਆਦਮੀ ਪਾਰਟੀ ਨੂੰ ਅਸੀਂ ਕੋਈ ਡੀਮੋਰਲਾਈਜ਼ ਕਰਨਾ ਹੋਵੇ, ਉਹਨੂੰ ਡੀਮੋਟੀਵੇਟ ਕਰਨਾ ਹੋਵੇ, ਸਾਡੇ ਵੱਲੋਂ ਸਾਰੀਆਂ ਪਾਰਟੀਆਂ ਬਰਾਬਰ ਹੈ, ਅਸੀਂ ਹਰ ਇੱਕ ਪਾਰਟੀ ਨੂੰ ਜਿਹੜਾ ਹੈ ਮਾਨ ਸਨਮਾਨ ਦਿੰਦੇ ਹਾਂ ਮਾਨ ਸਾਹਿਬ। ਭਗਵੰਤ ਮਾਨ ਵੱਲੋਂ ਚੰਡੀਗੜ੍ਹ ਦੇ ਪੱਤਰਕਾਰਾਂ ਨੂੰ ਸੰਤੁਸ਼ਟ ਕਰਨ ਤੋਂ ਬਾਅਦ ਬੇਸ਼ੱਕ ਉਹਨਾਂ ਨੇ ਇਹ ਕਹਿ ਦਿੱਤਾ ਹੋਵੇ ਕਿ ਹੁਣ ਇਹ ਮਾਮਲਾ ਸੁਲਝ ਗਿਆ, ਪਰ ਇਹ ਕੋਈ ਪਹਿਲਾ ਮੌਕਾ ਨਹੀਂ ਸੀ ਜਦੋਂ ਮਾਨ ਇੰਝ ਪੱਤਰਕਾਰਾਂ ਨਾਲ ਉਲਝੇ ਹੋਣ। ਲਿਹਾਜ਼ਾ ਹੁਣ ਪੱਤਰਕਾਰਾਂ ਨੂੰ ਭਗਵੰਤ ਮਾਨ 'ਤੇ ਇਹ ਨਿਗਾਹ ਬਣਾ ਕੇ ਰੱਖਣੀ ਹੋਏਗੀ ਕਿ ਉਹ ਮੁੜ ਕਿਸੇ ਪੱਤਰਕਾਰ ਨਾਲ ਇੰਝ ਬੇਵਜ੍ਹਾ ਨਾ ਉਲਝ ਪੈਣ। ਹਕੀਕਤ ਟੀਵੀ ਪੰਜਾਬੀ ਲਈ ਚੰਡੀਗੜ੍ਹ ਤੋਂ ਅਮਰ ਸਿੰਘ ਦੀ ਰਿਪੋਰਟ।